ਉਹ ਹਾਂ ਸੱਚ, ਤੁਹਾਡੇ ਦੂਸਰੇ ਬੇਟੇ ਦਾ ਕੀ ਹਾਲ ਹੈ? ਠੀਕ ਹੀ ਹੋਊਗਾ, ਬਹੁਤੇ ਗੱਲ ਨਹੀਂ ਹੁੰਦੀ ਮੇਰੇ ਨਾਲ। ਉਹਦੀ ਮਾਂ ਨਾਲ ਬਣਦੀ ਆ, ਉਹਦੀ ਮੇਰੇ ਨਾਲ ਨਹੀਂ। ਜਿਹੜੇ ਤਾਂ ਵਾਰਨਿੰਗ ਦੇ ਹਾਰਡਕੋਰ ਫੈਨਸ ਨੇ, ਜਿਹਨਾਂ ਨੇ ਵਾਰਨਿੰਗ ਬੜੇ ਹੀ ਤਰੀਕੇ ਦੇ ਨਾਲ ਦੇਖੀ ਆ ਨਾ, ਉਹਨਾਂ ਨੂੰ ਤਾਂ ਪਤਾ ਹੋਏਗਾ ਕਿ ਕਿੱਪਾ ਕੌਣ ਹੈ, ਹੈ ਨਾ? ਅਤੇ ਤੁਹਾਡਾ ਕਰੈਕਟਰ ਰਿਵੀਲ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਨਾ ਵੀਡੀਓਜ਼ ਵਾਇਰਲ ਹੋ ਰਹੀਆਂ ਸੀ, ਜਿੱਥੇ ਲੋਕ ਕਮੈਂਟਸ ਦੇ ਵਿੱਚ ਵੀ ਲਿਖ ਰਹੇ ਸੀ ਕਿ ਜੱਗਾ ਨੇ ਕਿਹਾ ਸੀ ਕਿ ਦੋ ਮੁੰਡੇ ਨੇ, ਇੱਕ ਮੁੰਡੇ ਦੀ ਬਣਦੀ ਉਹਨਾਂ ਦੇ ਮਾਂ ਦੇ ਨਾਲ, ਹੈ ਨਾ? ਬਟ ਆਈ ਰੀਅਲੀ ਵਾਂਟਿਡ ਕਿ ਨਾ ਤੁਹਾਡਾ ਕਰੈਕਟਰ ਸ਼ਾਇਦ ਹਾਲੇ ਰਿਵੀਲ ਨਹੀਂ ਕਰਨਾ ਚਾਹੀਦਾ ਸੀ, ਲੋਕਾਂ ਨੂੰ ਹਾਲੇ ਵੀ ਸਸਪੈਂਸ ਦੇ ਵਿੱਚ ਰੱਖਣਾ ਚਾਹੀਦਾ ਸੀ, ਤੁਸੀਂ ਮੰਨਦੇ ਹੋ? ਨਹੀਂ ਦੇਖੋ, ਉਹ ਗਿੱਪੀ ਵੀਰੇ ਦੀ ਸਾਰੀ ਪਲੈਨਿੰਗ ਹੁੰਦੀ ਆ, ਔਰ ਜੋ ਕਰਦੇ ਆ ਮੈਨੂੰ ਲੱਗਦਾ ਬਹੁਤ ਸੋਚ ਸਮਝ ਕੇ ਕਰਦੇ ਆ। ਆਡੀਅੰਸ ਦੇਖੋ, ਜਿਹੜੇ ਵਾਰਨਿੰਗ ਬਹੁਤ ਡਾਈ ਹਾਰਡ ਫੈਨ ਨੇ, ਉਹ ਅੰਦਾਜ਼ਾ ਲਾ ਲੈਂਦੇ ਆ ਮੈਨੂੰ ਲੱਗਦਾ ਕਹਾਣੀ ਦਾ, ਹੈ ਨਾ? ਪਰ ਫਿਰ ਵੀ ਬਹੁਤ ਸਾਰੇ ਸਸਪੈਂਸ ਹੈਗੇ ਆ, ਜੇ ਮੈਨੂੰ ਲੱਗਦਾ ਕਿ ਟ੍ਰੇਲਰ ਤੋਂ ਇੰਨਾ ਆਈਡੀਆ ਨਹੀਂ ਲਾਉਣਾ ਚਾਹੀਦਾ, ਕਿਉਂਕਿ ਟ੍ਰੇਲਰ ਬਹੁਤ ਘੱਟ ਚੀਜ਼ ਆ, ਸੱਚੀ ਬਹੁਤ ਘੱਟ ਚੀਜ਼ ਆ। ਟ੍ਰੇਲਰ ਕੁਛ ਵੀ ਰਿਵੀਲ ਨਹੀਂ ਕਰਦਾ, ਮੇਰਾ ਕਰੈਕਟਰ ਅੱਜ ਪ੍ਰੋਮੋ ਆ ਉਹ ਕੁਛ ਵੀ ਰਿਵੀਲ ਨਹੀਂ ਕਰਦਾ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਬਾਕੀ ਆਡੀਅੰਸ ਲਈ ਇਹ ਅੱਜ ਸਰਪ੍ਰਾਈਜ਼ ਰਿਹਾ, ਲੁੱਕ ਮੇਰੀ ਜਿਹੜੀ ਗਿੱਪੀ ਵੀਰੇ ਨੇ ਡਿਜ਼ਾਈਨ ਕੀਤੀ ਉਹ ਟੋਟਲੀ ਲਾਈਕ ਉਹਨਾਂ ਨੂੰ ਲੁੱਕ ਬਹੁਤ ਅੱਛੀ ਲੱਗੀ ਸੀ। ਮੈਨੂੰ ਥੋੜ੍ਹਾ ਜਿਹਾ ਹੈਗਾ ਸੀ ਕਿ ਪਤਾ ਨਹੀਂ ਲੁੱਕ, ਇੱਕ ਹੁੰਦਾ ਨਾ ਕਿ ਤੁਸੀਂ ਇੱਕ ਕਰੈਕਟਰ ਕੀਤਾ ਹੋਇਆ ਛਿੰਦਾ, ਔਰ ਤੁਸੀਂ ਉਹ ਕਰੈਕਟਰ ਹਿੱਟ ਆ ਆਡੀਅੰਸ 'ਚ, ਆਡੀਅੰਸ ਨੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ, ਤਾਂ ਬਹੁਤ ਰਿਸਕ ਮੋਡ ਜਿਹਾ ਹੋ ਜਾਂਦਾ ਕਿ ਤੁਸੀਂ ਇੱਕ ਨਵੇਂ ਕਰੈਕਟਰ ਨੂੰ ਕਰਨਾ, ਸੇਮ ਐਕਟਰ ਨੇ ਪਰਫੋਰਮ ਕਰਨਾ, ਤਾਂ ਮੈਨੂੰ ਥੋੜ੍ਹਾ ਜਿਹਾ ਉਹ ਹੈਗੀ ਸੀ ਨਰਵਸਨੈਸ ਕਿ ਯਾਰ ਪਤਾ ਨਹੀਂ ਲਾਈਕ ਕਿਵੇਂ ਜੇ ਲੱਗੂਗਾ, ਲੁੱਕ ਕਿਵੇਂ ਜੇ ਰੱਖਣਗੇ, ਪਰ ਲਿਟਰਲੀ ਇੱਕ ਵੀ ਨੈਗੇਟਿਵ ਕਮੈਂਟ ਨਹੀਂ ਆ, ਉਹ ਕਹਿੰਦੇ ਵੀ ਲੁੱਕ ਬਹੁਤ ਅਮੇਜ਼ਿੰਗ ਲੱਗ ਰਹੀ ਹੈ। ਸੋ ਬਾਕੀ 2 ਫੈਬ ਨੂੰ ਪਤਾ ਲੱਗੂ ਚੀਜ਼ਾਂ।